ਸਵਰਾਜ 4x4 ਟਰੈਕਟਰ ਜਿਸ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਬੋਰੀਆਂ ਦੇਖੋ ਕਿ ਬੋਰੀਆਂ ਨਾਲ ਪੂਰਾ ਕਵਰ ਕੀਤਾ ਹੋਇਆ। ਤਾਂ ਖੱਟੜ ਸਰਕਾਰ ਨੇ ਆਪਣੀ ਨਿਸ਼ਾਨੀਅਤ ਵਿਖਾ ਦਿੱਤੀ ਵੀ ਮੇਰੇ 'ਚ ਕਿੰਨੀਆਂ ਨਿਸ਼ਾਨੀਆਂ ਨੇ। ਖੱਟੜ ਸਰਕਾਰ ਗੰਦ ਖਾਂਦਾ ਵਾ, ਉਹ ਵੀ ਇਹੋ ਗਿਉਂ ਹੀ ਖਾਂਦਾ ਵਾ, ਉਹ ਵੀ ਇਹੋ ਚੌਲ ਖਾਂਦਾ ਵਾ। ਹਾਂਜੀ, ਟਰੈਕਟਰ ਤਿਆਰ ਕਰ ਲਏ, ਭੰਨ ਕੇ ਬੈਰੀਕੇਡ ਲੰਘਾਂਗੇ ਗਾੜੀ। 4x4 ਟਰੈਕਟਰ ਹੁਣ ਅੱਗੇ ਲੈ ਕੇ ਜਾਣਾ ਇਹ ਪੂਰੀ ਤਿਆਰੀ ਕਰਕੇ? ਹਾਂਜੀ, ਅੱਗੇ ਜਾਊਗਾ। ਹਾਂਜੀ, ਤਿਆਰੀ ਆ, ਟੋਜਨ ਪਾਉਣ ਦਾ ਆ, ਬਸ ਜਾ ਆਗੂਆਂ ਦੇ ਆਉਣ ਦਿਓ ਕਾਲ 'ਤੇ ਤਿਆਰ ਆ। ਤੁਸੀਂ ਜਿਹੜੇ ਇਹ ਬੋਰੀਆਂ 'ਤੇ ਪਾਣੀ ਵਗੈਰਾ ਪਾਇਆ ਜਾ ਰਿਹਾ, ਇਹ ਅਥਰੂ ਗੈਸ ਦੇ ਗੋਲਿਆਂ ਤੋਂ ਬਚਾ ਲਈ? ਹਾਂਜੀ, ਇਹ ਛੋ 'ਤੇ ਉੱਤੇ ਆਣ ਕੇ ਵੱਜਣਗੇ ਅਤੇ ਧੂੰਆਂ ਮਾਰਦੇ ਆ ਅਤੇ ਗਿੱਲਾ ਹੋ ਜਾਂਦਾ, ਬੰਦ ਹੋ ਜਾਂਦਾ। ਬੋਰੀਆਂ ਵੀ ਗਿੱਲੀਆਂ ਕਰਕੇ ਕੋਲ ਵੀ ਰੱਖੀਆਂ। ਸ਼ੰਭੂ ਬਾਰਡਰ ਦੀਆਂ ਤਸਵੀਰਾਂ ਸੈਂਟਰਲ ਪੰਜਾਬ ਟੀਵੀ 'ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਨੇ ਆਪਣੀਆਂ ਤਿਆਰੀਆਂ ਕਰ ਰਹੇ ਨੇ ਅੱਗੇ ਵਧਣ ਲਈ। ਸ਼ੰਭੂ ਬਾਰਡਰ ਤੋਂ ਅੱਗੇ ਸਵਰਾਜ 4x4 ਟਰੈਕਟਰ ਆ, ਤਸਵੀਰਾਂ ਦਿਖਾਉਂਦੇ ਆ ਕਿ ਆਲੇ ਦੁਆਲੇ ਬੋਰੀਆਂ ਹੀ ਬੋਰੀਆਂ ਗਿੱਲੀਆਂ ਕਰਕੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਰਹੇ ਨੇ ਕਿਉਂਕਿ ਅੱਗੇ ਵਧਣਾ। ਉਹ ਬਾਈ ਜੀ ਉਰੀ ਮੌਜੂਦ ਨੇ, ਬਾਈ ਜੀ ਕੀ ਤਿਆਰੀਆਂ ਕਿਹੜੀ ਪਲੈਨਿੰਗ ਨਾਲ ਹੋ ਰਹੀਆਂ ਨੇ? ਹਾਂਜੀ, ਪੂਰੀ ਤਿਆਰੀ ਆ, ਫੁੱਲ ਤਿਆਰੀ ਆ। ਹਾਂਜੀ, ਟਰੈਕਟਰ ਤਿਆਰ ਕਰ ਲਏ, ਭੰਨ ਕੇ ਬੈਰੀਕੇਡ ਲੰਘਾਂਗੇ ਗਾੜੀ। ਇਹ ਅਸੀਂ ਦੇਖ ਰਹੇ ਬੋਰੀਆਂ ਤੁਸੀਂ ਉਹ ਕਰੀਆਂ ਨੇ, ਇਹ ਫਿਰ ਧੂੰਏ ਦੇ ਉੱਤੇ ਬੰਬ ਮਾਰਦੇ ਆ, ਸੋ ਦਾ ਨੁਕਸਾਨ ਹੋਣ ਤੋਂ ਬਚਾਇਆ। ਹਾਂਜੀ, 4x4 ਟਰੈਕਟਰ ਹੁਣ ਅੱਗੇ ਲੈ ਕੇ ਜਾਣਾ ਇਹ ਪੂਰੀ ਤਿਆਰੀ ਕਰਕੇ? ਹਾਂਜੀ, ਅੱਗੇ ਜਾਊਗਾ। ਹਾਂਜੀ, ਤਿਆਰੀ ਆ, ਟੋਜਨ ਪਾਉਣ ਦਾ ਆ, ਬਸ ਜਾ ਆਗੂਆਂ ਦੇ ਆਉਣ ਦਿਓ ਕਾਲ 'ਤੇ ਤਿਆਰ ਆ। ਸਭ ਸੰਗਤ ਤਿਆਰ ਬੈਠੀ ਬਿਲਕੁਲ ਹੀ, ਹਾਂ, ਕੱਲ੍ਹ ਨੂੰ ਜ਼ਿਆਦਾ ਜੋਸ਼ ਭਰ ਕੇ ਆਏ ਹਾਂ। ਹਾਂ, ਹੁਣ ਅਸੀਂ ਦੇਖ ਰਹੇ ਹਾਂ ਇੱਕ ਉੱਧਰ ਸਟੇਜ ਵੀ ਚੱਲ ਰਹੀ ਆ, ਸੰਬੋਧਨ ਕਰ ਰਹੇ ਨੇ, ਇੱਥੇ ਤੁਸੀਂ ਇਕੱਠੇ ਹੋਏ ਪਏ, ਕੋਈ ਕਾਲ ਦੇਣਗੇ ਫਿਰ ਜਾਣਾ? ਹਾਂਜੀ, ਕਾਲ ਦੇਣਗੇ ਵੱਡੇ ਸਾਡੇ ਆਗੂ, ਗਾੜੀ ਲੱਗਣਗੇ, ਅਸੀਂ ਉਹਨਾਂ ਦੇ ਮਗਰ ਲੱਗਾਂਗੇ। ਜਦੋਂ ਮਰਜ਼ੀ ਸਾਨੂੰ ਕਾਲ ਦੇਣ, ਉਦੋਂ ਤੁਰਾਂਗੇ, ਉਹਨਾਂ ਦੇ ਹੁਕਮ ਤੋਂ ਬਗੈਰ ਪਤਾ ਨਹੀਂ ਹਿੱਲੂਗਾ। ਕੱਲ੍ਹ ਕਾਫੀ ਟਰੈਕਟਰਾਂ ਦਾ ਨੁਕਸਾਨ ਹੋਇਆ ਉੱਥੇ, ਟਰੈਕਟਰਾਂ ਦੀ ਹਵਾ ਕੱਢਤੀ, ਪੈਂਚਰ ਕਰਤੇ, ਕਾਫੀ ਕੁਛ ਹੋਇਆ। ਹਾਂਜੀ, ਬਹੁਤ ਗੋਲੀਆਂ ਮਾਰੀਆਂ, 2-3 ਟਰੈਕਟਰ ਸਾਡੇ ਫੱਟਰ ਵੀ ਕੀਤੇ ਆ। ਹਾਂਜੀ, ਤੁਹਾਡੀ ਪੂਰੀ ਤਿਆਰੀ ਆ, ਜੇ ਤੁਹਾਡੇ 'ਤੇ ਵੀ ਹਮਲਾ ਕੀਤਾ ਗਿਆ ਕੋਈ ਟਰੈਕਟਰ 'ਤੇ? ਇਸ 'ਤੇ ਕੋਈ, ਅਸੀਂ ਤਿਆਰੀ ਆ, ਵੇਖਾਂਗੇ ਕੀ ਜੋ ਹੁੰਦਾ। ਹਾਂ, ਬਿਲਕੁਲ ਤਿਆਰ ਵਾਂ। ਹੁਣ ਤੁਸੀਂ ਜਿਹੜੇ ਇਹ ਬੋਰੀਆਂ 'ਤੇ ਪਾਣੀ ਵਗੈਰਾ ਪਾਇਆ ਜਾ ਰਿਹਾ, ਇਹ ਅਥਰੂ ਗੈਸ ਦੇ ਗੋਲਿਆਂ ਤੋਂ ਬਚਾ ਲਈ? ਹਾਂਜੀ, ਇਹ ਛੋ 'ਤੇ ਉੱਤੇ ਆਣ ਕੇ ਵੱਜਣਗੇ ਅਤੇ ਧੂੰਆਂ ਮਾਰਦੇ ਆ ਅਤੇ ਗਿੱਲਾ ਹੋ ਜਾਂਦਾ, ਬੰਦ ਹੋ ਜਾਂਦਾ। ਬੋਰੀਆਂ ਵੀ ਗਿੱਲੀਆਂ ਕਰਕੇ ਕੋਲ ਵੀ ਰੱਖੀਆਂ, ਅਸੀਂ ਸਾਰੀਆਂ ਤਿਆਰੀਆਂ। ਜਿਵੇਂ ਅੱਜ ਦੇਖ ਰਹੇ ਹਾਂ ਤੁਹਾਡੇ ਕੋਲ ਅੱਜ ਐਨਕਾਂ ਵੀ ਨੇ, ਕਿਉਂਕਿ ਕੱਲ੍ਹ ਐਨਕਾਂ ਨਹੀਂ ਸੀ, ਅੱਜ ਸਾਰਾ ਪ੍ਰਬੰਧ ਤੁਹਾਡਾ ਐਨਕ ਲਾਵੋਗੇ ਜਦੋਂ, ਕਿਉਂਕਿ ਅੱਖਾਂ 'ਤੇ ਇਫੈਕਟ ਕਰ? ਹਾਂਜੀ, ਪੂਰਾ ਤਿਆਰੀ ਆ, ਸਾਰਾ ਅੱਜ ਪ੍ਰੋਗਰਾਮ ਕਰਕੇ ਆਏ ਹਾਂ, ਸਭ ਕੁਝ ਕਰਕੇ ਆਏ। ਹਾਂਜੀ, ਬਿਲਕੁਲ ਤਿਆਰੀ। ਹਾਂਜੀ, ਹੁਣ ਤਿਆਰ ਹੋ, ਜੋਸ਼ ਆ, ਜਜ਼ਬਾ ਪੂਰਾ ਕਿ ਜਦੋਂ ਕਾਲ ਜੀ ਆ ਗਈ ਤਾਂ ਅੱਗੇ ਵੱਧ ਜਾਣਾ? ਹਾਂਜੀ, ਉਦੋਂ ਵੱਧ ਜਾਣਾ। ਹਾਂ, ਬੋਲ, ਤਿਆਰੀ ਆ, ਸਟੇਟ ਤੋਂ ਜਦੋਂ ਗੁੰਮੋਇਆ ਉਦੋਂ ਤਿਆਰ। ਹਾਂਜੀ, ਸਵਰਾਜ 4x4 ਟਰੈਕਟਰ ਜਿਸ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ, ਬੋਰੀਆਂ ਦੇਖੋ ਕਿ ਬੋਰੀਆਂ ਨਾਲ ਪੂਰਾ ਕਵਰ ਕੀਤਾ ਹੋਇਆ, ਪਾਣੀ ਨਾਲ ਗਿੱਲੀਆਂ ਕੀਤੀਆਂ ਹੋਈਆਂ ਬੋਰੀਆਂ ਨੇ ਕਿ ਅੱਗੇ ਵਧਾਂਗੇ, ਪੂਰੀ ਸਾਡੀ ਤਿਆਰੀ ਆ, ਕਿਉਂਕਿ ਅਥਰੂ ਗੈਸ ਦੇ ਗੋਲੇ ਸਭ ਤੋਂ ਵੱਡੀ ਗੱਲ ਆ। ਜਿਹੜੀ ਪੁਲਿਸ ਪ੍ਰਸ਼ਾਸਨ ਲਵੇ, ਫੋਰਸ ਲਵੇ, ਜਿਹੜਾ ਅਥਰੂ ਗੈਸ ਦਾ ਗੋਲਾ ਉਹ ਕਿਤੇ ਨਾ ਕਿਤੇ ਹਾਵੀ ਹੋ ਰਿਹਾ ਜੇ, ਅਤੇ ਉਹ ਹਾਵੀ ਨੂੰ, ਉਸ ਨੂੰ ਰੋਕਣ ਲਈ ਇਹ ਟਰੈਕਟਰ ਤਿਆਰ ਕੀਤਾ ਗਿਆ। ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀਆਂ, ਜਿੱਥੇ ਪੂਰਾ ਇਕੱਠਾ ਅਤੇ ਲਗਾਤਾਰ ਦੇਖੋ ਤੁਸੀਂ ਕਿ ਵੱਡੇ ਇਕੱਠ ਦੇ ਵਿੱਚ ਆਪਣੇ ਟਰੈਕਟਰਾਂ ਦੀਆਂ ਤਿਆਰੀਆਂ ਹੋਰ ਲਗਾਤਾਰ ਅੱਗੇ ਵਧਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ, ਅਤੇ ਕਿਹਾ ਜਾ ਰਿਹਾ ਕਿ ਜਦੋਂ ਕਾਲ ਦਿੱਤੀ ਤਾਂ ਉਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ। ਦੇਖੋ ਸਵਰਾਜ 4x4 ਟਰੈਕਟਰ ਆ ਜਿਹੜਾ, ਇਹਨੂੰ ਆਲੇ ਦੁਆਲੇ ਪੂਰਾ ਬੋਰੀਆਂ ਨਾਲ ਕਵਰ ਕਰ ਦਿੱਤਾ ਗਿਆ ਹੈ, ਪਾਣੀ ਉੱਪਰ ਛਿੜਕਾਅ ਕੀਤਾ ਜਾ ਰਿਹਾ ਹੈ, ਬੋਰੀਆਂ ਗਿੱਲੀਆਂ ਕੀਤੀਆਂ ਨੇ ਕਿ ਜਿਹੜਾ ਅਥਰੂ ਗੈਸ ਦੇ ਗੋਲੇ ਨੇ
ਉਹਨਾਂ ਤੇ ਐਵੇਂ ਜਿਵੇਂ ਹੀ ਭਾਰੂ ਅਸੀਂ ਪਵਾਂਗੇ, ਕਿਉਂਕਿ ਨਹੀਂ ਗੈਸ ਕਾਫੀ ਆ, ਉਹ ਗੈਸ ਕਾਰਨ ਪਿੱਛੇ ਮੁੜਨਾ ਪੈਂਦਾ। ਕੱਲ ਦੀ ਕਾਫੀ ਕਸਮਕਸ ਚੱਲੀ ਅਤੇ ਅੱਜ ਪੂਰੀਆਂ ਦੁਬਾਰਾ ਕਿਸਾਨਾਂ ਦੀਆਂ ਤਿਆਰੀਆਂ ਅੱਗੇ ਵਧਣ ਦੀਆਂ ਹੋ ਚੁੱਕੀਆਂ ਨੇ। ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਜਾ, ਸੈਂਟਰਲ ਪੰਜਾਬ ਟੀਵੀ, ਸ਼ੰਭੂ ਬਾਰਡਰ।